ਕੀ ਹੈ ਹੁਣ ਉਹ ਬਿਮਾਰੀ ਵੱਧ ਗਈ ਜ਼ਿਆਦਾ। ਬਿਮਾਰੀ ਸ਼ਬਦ ਕਿਉਂ ਵਰਤ ਰਹੇ ਹੋ? ਬਿਮਾਰੀ ਹੈ ਭਾਜੀ। ਅੱਜ ਦੀ ਵੀਡੀਓ ਮੈਂ ਸਪੈਸ਼ਲ ਡਿਮਾਂਡ ਦੇ ਉੱਤੇ ਬਣਾ ਰਿਹਾ, ਸਪੈਸ਼ਲ ਉਹਨਾਂ ਵਾਸਤੇ ਬਣਾ ਰਿਹਾ ਜਿਹੜੇ ਪਿਆਰ ਕਰਨ ਵਾਲੇ ਨੇ ਸਾਈਂ ਜੀ ਨੂੰ। ਮੈਨੂੰ ਬੜੇ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਆਏ ਸੀ ਕਿ ਭਾਜੀ ਇਹ ਜਿਹੜਾ ਸਿੰਗਰ ਵਾਰ ਵਾਰ ਸਾਈਂ ਜੀ ਬਾਰੇ, ਦਰਬਾਰ ਬਾਰੇ, ਫਕੀਰਾਂ ਬਾਰੇ, ਪੀਰਾਂ ਬਾਰੇ ਬੋਲ ਰਿਹਾ, ਇਹਦੇ ਵਾਸਤੇ ਤੁਸੀਂ ਕੁਛ ਨਾ ਕੁਛ ਵੀਡੀਓ ਜ਼ਰੂਰ ਬਣਾਓ। ਵੀਡੀਓ ਮੈਂ ਪਹਿਲਾਂ ਵੀ ਬਣਾ ਚੁੱਕੇ ਹਾਂ ਅਤੇ ਆਪਣੇ ਸਰਦਾਰ ਅਲੀ ਬਾਈ ਉਹਨਾਂ ਨੇ ਵੀ ਸਟੇਜ ਦੇ ਰਾਹੀਂ ਬੜੀਆਂ ਗੱਲਾਂ ਇਹਨਾਂ ਨੂੰ ਕਹੀਆਂ ਵੀ ਨੇ। ਚਲੋ ਫਿਰ ਵੀ ਮੈਂ ਅੱਜ ਦੁਬਾਰਾ ਤੁਹਾਡੇ ਰੂਬਰੂ ਹੋ ਰਿਹਾ ਹਾਂ ਵੀਡੀਓ ਦੇ ਰਾਹੀਂ ਕਿ ਕੁਛ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂ। ਸਭ ਤੋਂ ਪਹਿਲੀ ਗੱਲ, ਇੰਟਰਵਿਊ ਸ਼ਾਇਦ ਤੁਸੀਂ ਉਸ ਸਿੰਗਰ ਦੀ ਸਾਰਿਆਂ ਨੇ ਸੁਣ ਲਈ ਹੋਣੀ ਆ। ਉਹਦੇ ਵਿੱਚ ਨਾ ਜਦੋਂ ਆਪਣੇ ਭਾਅ ਜੀ ਨੇ ਮੱਕਰ ਸਾਹਿਬ ਜਦੋਂ ਉਹਨਾਂ ਨੂੰ ਪੁੱਛਿਆ, ਉਸ ਸਿੰਗਰ ਨੂੰ ਪੁੱਛਿਆ ਕਿ ਤੁਸੀਂ ਇੱਦਾਂ ਦੇ ਗੀਤ ਗਾਉਂਦੇ ਹੋ, ਤਾਂ ਉਹਦਾ ਜਵਾਬ ਇਹ ਸੀ ਕਿ ਇਹ ਮੇਰਾ ਪ੍ਰੋਫੈਸ਼ਨ ਆ, ਇਹ ਚੀਜ਼ ਅਲੱਗ ਆ। ਤਾਂ ਇਸ ਗੱਲ 'ਤੇ ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਜੇ ਇਹ ਬਾਈ ਤੇਰਾ ਇਹ ਪ੍ਰੋਫੈਸ਼ਨ ਆ, ਤਾਂ ਜਿਹੜੇ ਸਿੰਗਰ ਦਰਬਾਰਾਂ 'ਤੇ ਜਾ ਕੇ ਗਾ ਰਹੇ ਨੇ, ਜਿਹੜੇ ਸਿੰਗਰ ਪੀਰਾਂ ਫਕੀਰਾਂ ਦੇ ਮੇਲਿਆਂ 'ਚ ਜਾ ਕੇ ਗਾ ਰਹੇ ਨੇ, ਉਹ ਵੀ ਤਾਂ ਸਿੰਗਰ ਨੇ, ਉਹਨਾਂ ਦਾ ਵੀ ਤਾਂ ਪ੍ਰੋਫੈਸ਼ਨ ਆ ਨਾ ਗਾਉਣ ਦਾ। ਉਹ ਉੱਥੇ ਗਾਉਣ ਤਾਂ ਥੋੜ੍ਹੀ ਜਾਂਦੇ ਨੇ ਕਿ ਉੱਥੇ ਸਿਗਰਟਾਂ ਚੱਲਦੀਆਂ ਨੇ ਤਾਂ ਅਸੀਂ ਗਾਉਣ ਜਾਵਾਂਗੇ, ਉਹਨਾਂ ਦਾ ਪ੍ਰੋਫੈਸ਼ਨ ਆ। ਹਾਲਾਂਕਿ ਮੈਨੂੰ ਕਿਸੇ ਵੀ ਦਰਬਾਰ ਤੋਂ, ਪੀਰਾਂ ਦੇ ਦਰਬਾਰ ਤੋਂ ਕੋਈ ਬੁਕਿੰਗ ਆਉਂਦੀ ਆ ਤਾਂ ਮੈਂ ਜਾਂਦਾ ਹਾਂ ਗਾਉਣ ਵਾਸਤੇ, ਅਤੇ ਮੈਂ ਬਹੁਤ ਸਾਲਾਂ ਦਾ ਜਾ ਰਿਹਾ ਹਾਂ, ਬਹੁਤ ਸਾਲਾਂ ਦਾ ਗਾ ਰਿਹਾ ਹਾਂ, ਸਾਈਂ ਜੀ ਨੂੰ ਮੈਂ ਬਹੁਤ ਸਾਲਾਂ ਦਾ ਮੰਨ ਰਿਹਾ ਹਾਂ, ਪਰ ਮੈਂ ਅੱਜ ਤੱਕ ਤਾਂ ਕਦੇ ਸਿਗਰਟ ਪੀਤੀ ਨਹੀਂ ਅਤੇ ਨਾ ਮੈਨੂੰ ਕਦੇ ਸਾਈਂ ਜੀ ਨੇ ਕਿਹਾ, ਨਾ ਕਦੇ ਸੁਪਨੇ ਵਿੱਚ ਆ ਕੇ ਕਿਹਾ, ਨਾ ਕਦੇ ਉੱਦਾਂ ਆ ਕੇ ਕਿਹਾ ਵੀ ਤੂੰ ਸਿਗਰਟ ਪੀ, ਨਹੀਂ ਲਾਉਂਦੇ ਸਿਗਰਟ 'ਤੇ। ਇੱਦਾਂ ਦੀਆਂ ਜਗ੍ਹਾ ਨੇ ਨਾ ਜਿਹੜੀਆਂ ਜਿੱਥੇ ਨਸ਼ਾ ਬਹੁਤ ਚੱਲਦਾ, ਉਹ ਗਲਤ ਆ, ਮੈਂ ਆਪ ਇਸ ਗੱਲ 'ਤੇ ਖਿਲਾਫ ਹਾਂ, ਪਰ ਉਹਨਾਂ ਬਾਰੇ ਬੋਲੋ ਜਿੱਥੇ ਚੱਲਦਾ ਆ। ਜਿਹੜਾ ਐਡਾ ਤਕੜਾ ਫਕੀਰ ਆ ਯਾਰ, ਜਿੱਥੇ ਐਡੀ ਐਡੀ ਦੁਨੀਆ ਜਾ ਕੇ ਸਿਰ ਝੁਕਾਉਂਦੀ ਆ, ਜਾਂ ਜਿਹੜਾ ਆਪ ਲੋਕਾਂ ਨੂੰ ਗਾਲਾਂ ਕੱਢ ਕੇ ਭੇਜਦਾ ਸੀ ਵੀ ਮੇਰੇ ਕੋਲ ਕੀ ਕਰਨ ਆਉਂਦੇ ਹੋ ਤੁਸੀਂ, ਵੀ ਜਿਹੜੇ ਗੁਰੂ ਨੂੰ ਮੰਨਦੇ ਉਹਨੂੰ ਮੰਨੋ, ਗੁਰਦੁਆਰੇ ਜਾਇਆ ਕਰੋ, ਮਾਤਾ 'ਤੇ ਜਾਇਆ ਕਰੋ, ਉਹ ਕਿਉਂ ਲੋਕਾਂ ਨੂੰ ਨਸ਼ੇ 'ਤੇ ਲਾਊਗਾ? ਇਹਨੇ ਐਡੀ ਵੱਡੀ ਗੱਲ ਕਹੀ ਆ ਵੀ ਇਹ ਬਿਮਾਰੀ ਵੱਧਦੀ ਆ ਰਹੀ ਆ। ਵੈਸੇ ਮੈਂ ਵੀਡੀਓ ਨਹੀਂ ਸੀ ਬਣਾਉਣੀ, ਸੱਚੀ ਗੱਲ ਆ, ਪਰ ਜਦੋਂ ਆਹ ਗੱਲ ਸੁਣੀ ਨਾ ਵੀ ਇਹ ਬਿਮਾਰੀ ਦੇ ਨਾਮ ਲੈ ਕੇ ਗੱਲ ਕਰਦਾ ਪਿਆ ਤਾਂ ਥੋੜ੍ਹਾ ਫੀਲ ਹੁੰਦਾ ਆ, ਪਰ ਕੀ ਕਰ ਸਕਦੇ ਹਾਂ। ਕਿਉਂਕਿ ਮੈਂ ਇੱਕ ਗੱਲ ਸੁਣੀ ਸੀ ਬਾਈ ਬੱਬੂ ਮਾਨ ਦੀ ਸਟੇਜ ਦੇ ਉੱਤੇ, ਉਹ ਕਹਿੰਦੇ ਨੇ ਕਿ ਹਰ ਰੰਗ ਵਿੱਚ ਰੰਗ ਜਾਂਦਾ, ਕੋਈ ਰੰਗ ਨਹੀਂ ਹੁੰਦਾ ਪਾਣੀ ਦਾ, ਉਹ ਨਿੰਦਿਆ ਨਹੀਂ ਕਰਦਾ ਜਿਹਨੂੰ ਰੰਗ ਚੜ ਜੇ ਗੁਰਬਾਣੀ ਦਾ। ਅਤੇ ਬਾਈ ਇਹ ਜਿਹੜਾ ਵੀ ਸਿੰਗਰ ਆ ਇਹ ਗੱਲਾਂ ਕਰਦਾ ਪਿਆ ਇੱਦਾਂ ਦੀਆਂ, ਤਾਂ ਮੈਨੂੰ ਲੱਗਦਾ ਨਹੀਂ ਇਹਦੇ 'ਤੇ ਰੰਗ ਚੜਿਆ, ਕਿਉਂਕਿ ਜਿਹਨਾਂ 'ਤੇ ਰੰਗ ਚੜਿਆ ਨਾ ਉਹ ਕਦੇ ਕਿਸੇ ਬਾਰੇ ਮਾੜਾ ਨਹੀਂ ਬੋਲਦੇ। ਉਹ ਕਹਿੰਦੇ ਨੇ ਕਿ ਹਾਂ ਭਾਈ ਜਿਹੜਾ ਜਿਹਨੂੰ ਮੰਨਦਾ ਨਾ ਵਧੀਆ ਆ, ਠੀਕ ਆ, ਉਹ ਬੰਦਾ ਘੈਂਟ ਹੁੰਦਾ। ਅਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਹਾਂ ਕਿ ਬਾਈ ਇਹ ਜਿਹੜਾ ਵੀ ਸਿੰਗਰ ਆ ਇਹਦੇ ਕੋਲੋਂ ਆਪਣਾ ਦਿਮਾਗ ਹਟਾ ਲਓ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੁਨੀਆਂ ਦੇ ਵਿੱਚ ਕਿੰਨੇ ਨੈਗੇਟਿਵ ਲੋਕ ਆਪਾਂ ਨੂੰ ਮਿਲਦੇ ਨੇ, ਜਿਹੜੇ ਨਕੋਦਰ ਬਾਰੇ ਜਾਂ ਤੁਹਾਡੇ ਪੀਰ ਬਾਰੇ ਕੋਈ ਨਾ ਕੋਈ ਮਾੜਾ ਬੋਲਦਾ ਰਹਿੰਦਾ ਆ। ਸੋ ਆਪਾਂ ਕਿੰਨਾ ਕੁ ਉਹਨਾਂ 'ਤੇ ਧਿਆਨ ਦਿੰਦੇ ਹਾਂ, ਜਦ ਆਪਾਂ ਪਿਆਰ ਕਰਦੇ ਹਾਂ ਬਸ ਪਿਆਰ ਕਰਦੇ ਹਾਂ ਜਿਹੜਾ ਮਰਜ਼ੀ ਕੋਈ ਬੋਲੀ ਜਾਵੇ। ਹਾਂ ਇਹ ਗੱਲ ਅਲੱਗ ਆ, ਉਹ ਜਿਹੜੇ ਲੋਕ ਆਪਣੇ ਬਾਰੇ
ਆਪਣੇ ਨਾਲ ਆਪਣੇ ਪੀਰ ਬਾਰੇ ਨੈਗੇਟਿਵ ਬੋਲਦੇ ਨੇ ਉਹ ਆਮ ਲੋਕ ਹੁੰਦੇ ਨੇ, ਉਹਨਾਂ ਨੂੰ ਕੋਈ ਜਾਣਦਾ ਨਹੀਂ ਹੁੰਦਾ। ਇਹ ਸਿੰਗਰ ਦਾ ਬਸ ਇੱਦਾਂ ਆ ਵੀ ਇਹਦੇ ਇੱਕ ਦੋ ਗੀਤ ਮਸ਼ਹੂਰ ਨੇ ਤਾਂ ਇਹਨੂੰ ਥੋੜ੍ਹੇ ਬਹੁਤ ਲੋਕ ਜਾਣਦੇ ਨੇ, ਤਾਂ ਕਰਕੇ ਥੋੜ੍ਹਾ ਚਰਚਾ 'ਚ ਇਹਦੀ ਗੱਲਬਾਤ ਜਿਹੜੀ ਆ ਉਹ ਵਾਇਰਲ ਹੋ ਜਾਂਦੀ ਆ। ਸੋ ਫਿਕਰ ਨਾ ਕਰੋ, ਕਿਉਂਕਿ ਆਪਣੇ ਸਾਰਿਆਂ ਦੇ ਜਿਹਨਾਂ ਨੂੰ ਆਪਾਂ ਇੰਨਾ ਪਿਆਰ ਕਰਦੇ ਹਾਂ, ਮਾਨ ਸਾਹਿਬ ਨੇ, ਗੁਰਦਾਸ ਮਾਨ ਸਾਹਿਬ, ਜਦ ਉਹ ਸ਼ਾਂਤ ਨੇ, ਚੁੱਪ ਨੇ, ਕੋਈ ਤਾਂ ਰਾਜ਼ ਹੋਊਗਾ ਨਾ। ਇਸ ਰਾਜ਼ ਦੇ ਪਿੱਛੇ ਇਹ ਰਾਜ਼ ਹੋ ਸਕਦਾ ਕਿ ਮਾਨ ਸਾਹਿਬ ਚੁੱਪ ਨੇ ਕਿਉਂਕਿ ਸਾਈਂ ਜੀ ਬੈਠੇ ਨੇ ਜਵਾਬ ਦੇਣ ਵਾਸਤੇ, ਅਤੇ ਮੈਂ ਯਕੀਨ ਨਾਲ ਕਹਿੰਦਾ ਕਿ ਉਹ ਦੇਣਾ ਆਊਗਾ। ਸਮਝ ਗਏ ਤੁਸੀਂ? ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਇੰਨੀ ਸ਼ੇਅਰ ਕਰ ਦਿਉ, ਇੰਨੀ ਸ਼ੇਅਰ ਕਰ ਦਿਉ ਕਿ ਯੂਟਿਊਬ ਹਿੱਲ ਜਾਵੇ ਕਿ ਬਾਈ ਸਾਈਂ ਲਾਡੀ ਸ਼ਾਹ ਸਰਕਾਰ ਵਾਲੇ ਉਹਨਾਂ ਦੇ ਨਾਲ ਹੀ ਰਹਿਣਗੇ। ਜੈ ਸਾਈਂ ਜੀ ਦੀ।